ਸਾਡੀ ਪੰਜਾਬੀ ਇੰਡਸਟਰੀ ਚ ਇੱਕ ਬਹੁਤ ਹੀ ਬੁਰੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਕਾਕਾ ਕੌਤਕੀ ਜੋ ਕਿ ਸਾਨੂੰ ਇਸ ਦੁਨੀਆ ਤੋਂ ਸਦਾ ਲਈ ਵਿਛੋੜਾ ਦੇ ਚੁੱਕੇ ਨੇ ਜਿਨ੍ਹਾਂ ਨੇ ਕਿ ਪੰਜਾਬੀ ਇੰਡਸਟਰੀ ਵਿੱਚ ਬਹੁਤ ਹੀ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਉਹ ਹੁਣ ਸਾਡੇ ਵਿੱਚ ਘਰ ਨਹੀਂ ਰਹੇ ਸੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਸੀਂ ਇਹ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਉਹਨਾਂ ਦੀ ਬਾਇਓਗ੍ਰਾਫੀ ਬਾਰੇ ਜਾਣੂ ਤੁਹਾਨੂੰ ਕਰਾਵਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੇ ਵੀਡੀਓ ਲਾਈਕ ਜਰੂਰ ਕਰਦੇ ਹੋ ਤੇ ਕਮੈਂਟਾਂ ਵਿੱਚ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਲਿਖਣਾ ਨਾ ਭੁੱਲਣਾ ਵੀਰ ਇੰਦਰਪਾਲ ਸਿੰਘ ਉਰਫ ਕਾਕਾ ਕੌਤਕੀ ਦਾ ਜਨਮ ਮਾਤਾ ਰਜਿੰਦਰ ਕੌਰ ਦਾਨੀ ਦੀ ਕੁਖੋਂ ਪਿਤਾ ਸਰਦਾਰ ਗਾਂਦਾ ਸਿੰਘ ਦੇ ਘਰ ਜ਼ਿਲ੍ਹਾ ਮਾਨਸਾ ਪੰਜਾਬ ਵਿੱਚ ਹੋਇਆ ਤੇ ਉਹਨਾਂ ਨੂੰ ਐਕਟਿੰਗ ਤੇ ਕਲਾਕਾਰੀ ਕਰਨ ਦਾ ਸ਼ੌਕ ਬਚਪਨ ਤੋਂ ਹੀ ਸੀ ਉਹਨਾਂ ਨੇ ਅਜਮੇਰ ਔਲਖ ਨਾਲ ਕੰਮ ਕੀਤਾ ਤੇ ਅਲੱਗ-ਅਲੱਗ ਨਾਟਕਾਂ 'ਚ ਵੀ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕੀਤਾ ਜਿਸ ਕਾਰਨ ਉਹਨਾਂ ਨੂੰ ਐਕਟਿੰਗ ਦੀਆਂ ਬਰੀਕੀ ਤੇ ਅਦਾਕਾਰੀ ਕਰਨ ਦਾ ਹੁਨਰ ਹਾਸਲ ਹੋਇਆ ਤੇ ਉਹਨਾਂ ਦੇ ਪਿਤਾ ਜੀ FCI ਤੋਂ ਰਿਟਾਇਰ ਨੇ ਤੇ ਉਹਨਾਂ ਨੇ ਆਪਣੀ ਸਕੂਲਿੰਗ ਦਸ਼ਮੇਸ਼ ਪਬਲਿਕ ਸਕੂਲ ਤੋਂ ਪੂਰੀ ਕੀਤੀ ਤੇ ਆਪਣੀ ਗ੍ਰੈਜੂਏਸ਼ਨ ਮਹਿੰਦਰਾ ਕਾਲਜ ਪਟਿਆਲਾ ਤੋਂ ਪੂਰੀ ਕੀਤੀ ਇਸ ਕਾਲਜ ਵਿੱਚ ਹੀ ਉਹਨਾਂ ਨੇ ਆਪਣੀ ਨਾਟਕ ਦੀ ਇੱਕ ਟੀਮ ਬਣਾਈ ਤੇ ਨਾਟਕ ਕਰਨ ਲਈ ਗਏ ਜਿਸ ਵਿੱਚ ਉਹਨਾਂ ਦੀ ਸੈਕੰਡ ਪੋਜੀਸ਼ਨ ਆਈ ਤੇ ਉਹਨਾਂ ਦੀ ਤਿਆਰੀ ਵੀ ਕਿਸੇ ਨੇ ਨਹੀਂ ਕਰਾਈ ਸੀ ਸਗੋਂ ਖੁਦ ਹੀ ਕਾਕਾ ਕੋਤਕੀ ਨੇ ਉਸ ਦੀ ਤਿਆਰੀ ਕਰਾਈ ਸੀ 2003 ਵਿੱਚ ਉਹਨਾਂ ਨੇ ਐਮ ਏ تھیਟਰ ਕੀਤਾ ਤੇ ਯੂਨੀਵਰਸਿਟੀ ਵਿੱਚ ਉਹ ਕਈ ਕਲਾਕਾਰਾਂ ਨਾਲ ਵੀ ਮਿਲੇ ਤੇ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਕੇ ਕਬੱਡੀ ਇੱਕ ਮੁਹੱਬਤ ਜੋ ਕਿ ਦੇਵ ਖਰੋੜ ਦੀ ਬਹੁਤ ਹੀ ਜਿਆਦਾ ਫੇਮਸ ਫਿਲਮ ਹੈ ਤੇ ਉਹਨਾਂ ਦੀ ਫੈਮਲੀ ਵਿੱਚ ਉਹਨਾਂ ਦੇ ਮਾਤਾ ਪਿਤਾ ਛੋਟਾ ਭਰਾ ਹਰਜੋਸ਼ ਅਤੇ ਭਾਬੀ ਜੀ ਨੇ ਕਾਕਾ ਕੋਤਕੀ ਜੋ ਕਿ ਸਰੀਰਕ ਪੱਖੋਂ ਤਾਂ ਬਹੁਤ ਹੀ ਵਧੀਆ ਸਨ ਤੇ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਜਿਸ ਕਾਰਨ ਕੇ ਸਾਡੀ ਪੰਜਾਬੀ ਇੰਡਸਟਰੀ ਵਿੱਚ ਇੱਕ ਟੈਲੈਂਟ ਅਤੇ ਉਪਰ ਦਾ ਹੋਇਆ ਕਲਾਕਾਰ ਸਾਡੇ ਵਿਚਕਾਰ ਨਹੀਂ ਰਿਹਾ ਸੋ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਕਾਕਾ ਕੌਤਕੀ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ